ਅੰਮ੍ਰਿਤਸਰ 'ਚ ਸਪੈਸ਼ਲ ਨੇ ਇੱਕ ਅਫੀਮ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ ਵੱਡੀ ਮਾਤਰਾ ਵਿੱਚ ਅਫੀਮ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। STF ਦੇ AIG ਰਛਪਾਲ ਸਿੰਘ ਨੇ ਦੱਸਿਆ ਹੈ ਕਿ STF ਨੂੰ ਸੂਚਨਾ ਮਿਲੀ ਸੀ ਕਿ ਸੁਲਤਾਨਵਿੰਡ ਪਿੰਡ ਵਿੱਚ ਬਲਕਾਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਇਲਾਕੇ 'ਚ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ, ਜਿਸ ਕਰਕੇ ਉਸਨੂੰ ਟ੍ਰੈਪ ਲਗਾ ਕੇ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਹੈ ਕਿ ਬਲਕਾਰ ਸਿੰਘ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਅਫੀਮ ਮੰਗਵਾਉਂਦਾ ਸੀ। ਇਸ ਅਫੀਮ ਦੀ ਸਪਲਾਈ ਟ੍ਰੇਨ ਅਤੇ ਕਾਰ ਦੇ ਜ਼ਰੀਏ ਕੀਤੀ ਜਾਂਦੀ ਸੀ। ਦੂਸਰੇ ਰਾਜਾਂ ਤੋਂ ਵੀ ਸਪਲਾਈ ਕਰਨ ਵਾਲੇ ਤਸਕਰਾਂ ਦੀ ਪਹਿਚਾਣ ਹੋ ਗਈ ਹੈ ਅਤੇ ਜਲਦ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਫੜੇ ਗਏ ਦੋਸ਼ੀ ਕੋਲੋਂ 6 ਕਿਲੋ 500 ਗ੍ਰਾਮ ਅਫੀਮ ਅਤੇ 1,28,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਹਦੇ ਵਿੱਚ ਸਰ ਇੱਦਾਂ ਹੈ ਜੀ, ਬਲਕਾਰ ਸਿੰਘ ਨਾਮ ਦਾ ਆਦਮੀ ਜਿਹੜਾ ਹੈ ਉਹ ਪਕੜਿਆ ਸੀ ਔਰ ਉਹਦੇ ਕੋਲੋਂ ਕੁੱਲ ਜਿਹੜੀ ਹੈ 6 ਕਿਲੋ 500 ਗ੍ਰਾਮ OPM ਜਿਹੜੀ ਰਿਕਵਰ ਹੋਈ ਹੈ, ਜਿਹੜੀ ਕਿ ਉਹਦੇ ਮੁਤਾਬਕ ਕੁਆਲਿਟੀ ਵਾਈਜ਼ 1 ਨੰਬਰ ਦੀ ਕੁਆਲਿਟੀ ਦੀ ਹੈ ਔਰ ਇਹਦੇ ਨਾਲ ਅਸੀਂ ਉਹਦੇ ਕੋਲ 1,29,000 ਸਮਥਿੰਗ ਜਿਹੜੀ ਆ ਡਰੱਗ ਬਣੀ ਆ ਉਹ ਰਿਕਵਰ ਕੀਤੀ ਆ। ਇਹਦੇ ਨਾਲ ਉਹਦੀ ਸਕੇਲ ਜਿਹੜੀ ਸੀ ਜਿਹਦੇ ਨਾਲ ਤੋਲ ਕੇ ਦਿੰਦਾ ਸੀ ਫਾਈਲ ਪੇਪਰ ਨੇ, ਇਸ ਤਰ੍ਹਾਂ ਉਹ ਚੀਜ਼ਾਂ ਜਿਹੜੀਆਂ ਨੇ ਨਾਲ ਬਰਾਮਦ ਕੀਤੀਆਂ ਨੇ। ਸੋ ਇਹ ਇੱਕ ਅੰਮ੍ਰਿਤਸਰ ਔਰ ਆਲ ਅਰਾਊਂਡ ਏਰੀਏ ਦਾ ਪੰਜਾਬ ਦੇ ਵਿੱਚ ਇਹ ਕਾਫੀ ਦੇਰ ਦਾ 5-6 ਸਾਲ ਤੋਂ ਐਕਟਿਵ ਸੀ ਬੰਦਾ ਔਰ ਕਾਫੀ ਮਸ਼ਹੂਰ ਬੰਦਾ ਸੀ। ਇਹਦੇ ਬਾਰੇ ਆਮ ਤੌਰ 'ਤੇ ਮਤਲਬ ਕਾਫੀ ਮਸ਼ਹੂਰੀ ਸੀ ਵੀ ਇੱਥੇ ਕਰਦਾ, ਪਰ ਉਹਦੀ ਜਿਹੜੀ ਮੋਡਸ ਪਰੈਂਡੀ ਸੀ ਸੇਲ ਦੀ ਉਹ ਬੜੀ ਸੀ ਇਹੋ ਜਿਹੀ ਵੀ ਜਿਹਦੇ ਨਾਲ ਉਹਨੂੰ ਪਕੜਨਾ ਇਹਦੇ ਨਾਲ ਸੌਖਾ ਨਹੀਂ ਸੀ। ਇਹ ਹੁਣ ਤੱਕ ਤਾਂ ਇਹਦਾ ਜਿਹੜਾ ਹੈ ਉਹ MP ਦਾ ਅਤੇ ਮੱਧ ਪ੍ਰਦੇਸ਼ ਦਾ ਉਹਦਾ ਇਹਨੇ ਡਿਸਕਲੋਜ਼ ਕੀਤਾ, ਬਾਕੀ ਰਾਜਸਥਾਨ ਤੋਂ ਜਿਹੜੀ ਜਿਹੜੀ ਸਟੇਟ ਦੇ ਵਿੱਚ ਇਹਦੀ ਪ੍ਰੋਡਕਸ਼ਨ ਹੁੰਦੀ ਹੈ। ਔਰ ਜਿਹੜਾ ਜ਼ਰੀਆ ਸੀ ਇਹਦਾ ਜਿਹੜਾ ਸੋਰਸ ਸੀ ਉਹ ਬਜ਼ਰੀਆ ਰੇਲ ਜਾਂ ਬਜ਼ਰੀਆ ਕਾਰ ਉਹ ਲੈ ਕੇ ਆਉਂਦੇ ਸੀ। ਹਾਂ, ਉਹਨਾਂ 'ਚੋਂ ਕੁਝ ਬੰਦਿਆਂ ਦੀ ਸ਼ਨਾਖਤ ਹੋਈ ਆ ਔਰ ਅਸੀਂ ਉਹ ਬਾਈ ਨੇਮ ਜਿਹੜਾ ਹੈਗਾ ਉਹਨਾਂ ਨੂੰ ਨੋਮੀਨੇਟ ਕੀਤਾ ਔਰ ਉਹਨਾਂ ਨੂੰ ਬਾਅਦ 'ਚ ਆਪਾਂ ਅਰੈਸਟ ਕਰਾਂਗੇ ਔਰ ਅਰੈਸਟ ਕਰਕੇ ਅਗਲੀ ਕਾਰਵਾਈ ਚੱਲਿਆ। ਬਿਊਰੋ ਰਿਪੋਰਟ, ਪੰਜਾਬ ਟੂਡੇ।